26 ਤੋਂ ਪਹਿਲਾਂ ਭਾਰਤ ਦੇ ਲੋਕਾਂ ਨੇ ਚਾਹ ਹਰਿਆਣਾ ਵਾਲੇ ਜੁਪੀ ਵਾਲੇ ਰਾਜਸਥਾਨ ਵਾਲੇ ਪੰਜਾਬ ਵਾਲੇ ਇਹਨੂੰ ਬਣਾ ਲਿਆ ਮੇਲਾ ਵੀ ਇੱਕ ਮੇਲਾ ਲੱਗਿਆ ਹੋਇਆ ਉਹ ਜੋ 26 ਦੀ ਘਟਨਾ ਵਾਪਰੀ ਲੋਕਾਂ ਨੂੰ ਫਿਰ ਪਤਾ ਲੱਗਿਆ ਤਾਂ ਵੀ جنگ ਹੈ ਵੀ ਇਹ ਮੇਲਾ ਨਹੀਂ ਹੈਗਾ ਇਹ ਤਾਂ ਇੱਕ ਸੈਂਟਰ ਸਰਕਾਰ ਨਾਲ ਭਾਰਤ ਦੇ ਲੋਕਾਂ ਦੀ جنگ ਚੱਲਦੀ ਹੈ ਹੁਣ جنگ ਦੇ ਵਿੱਚ ਤਾਂ ਫਿਰ ਮਾਈ ਦਾ ਲਾ ਲੀ ਜਾਊਗਾ ਦੂਜਾ ਤਪੱਸਾ ਵਟਕੇ ਨੂੰਗਾ ਉਹ ਪਹਿਲਾਂ ਰੌਲੇ ਵਾਲੀ ਗੱਲੀ ਦਿੱਲੀ ਟਾ ਦਾਂਗੇ ਤੇਰੀ ਟਟ ਕਰ ਦਾਂਗੇ ਬਹੁਤ ਜ਼ਿਆਦਾ ਹੀ ਲੈਣਾ ਤੇ ਇਹ ਗੱਲ ਦਾ ਸਰਕਾਰ ਦਾ ਨੋਟ ਹੀ ਭੇਜਨੇ ਪਰਚੇ ਦਰਜ ਕਰਤੇ ਨੋਟ ਕਰਤੇ ਪਰ ਮੈਂ ਹਜੇ ਤੱਕ ਨਾ ਕੋਈ ਨੋਟ ਫੜਨਾ ਨਾ ਮੇਰੀ ਆਪ ਦੀ ਸਮਝ ਹੈ ਨਾ ਮੈਂ ਪੇਸ਼ ਹੋਵਾਂ ਜਿੱਦੇ ਪੁਲਿਸ ਫੜ ਕੇ ਲੈ ਜੂ ਫਿਰ ਪੁਲਿਸ ਵਾਲੇ ਜਾਉ ਤੋ ਇਹ ਜਾਣ ਕੇ ਨਾ ਮੈਨੂੰ ਆਇਆ ਲੱਗੀ ਜਾਂਦਾ ਕੋਠਾ ਤਾਂ ਸੀ ਪਾਉਣਿਆ ਬਾਬੇ ਛੱਤ ਪਾਉਣਿਆ ਸਾਡੀ ਪੌੜੀ ਤੇ ਚੜ ਕੇ ਹਰਕਮੰਦਾ ਚਬਾਰਾ ਪਾਉਣ ਨੂੰ ਕਰਦਾ ਕਿ ਅਸੀਂ ਚਬਾਰਾ ਪਾ ਲਈਏ ਸਾਡਾ ਰੋਲਾ ਤਾਂ ਜਿਹੜੇ ਮੱਭਾ ਸਾਡਾ ਬੁਤ ਕਾਜੂ ਬਦਲਾ ਖੜਾ ਰੋਲਾ ਤਾਂ ਹੁੰਦਾ ਨਾਲੇ ਉਹ ਗਾਨੀ ਬਾਨੀ ਦੇ ਘਰ ਵਾਲੀ ਨਹੀਂ ਪੀ ਹੋ ਜੂ ਉਹ 75000 ਦਾ ਕੱਪ ਜਹਾ ਦਾ ਪੀਦਾ ਉਹ 1.5 ਲੱਖ ਵਾਲਾ ਪੀ ਲੂ ਸੱਚਕੂ ਵੇਖਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਖਜੀਤ ਮਾਨ ਖੇਤੀ ਕਾਨੂੰਨਾਂ ਦੇ ਖਿਲਾਫ ਦਿੱਲੀ ਦੀਆਂ ਬਰੂਹਾਂ ਤੇ ਕਿਸਾਨ ਅੰਦੋਲਨ ਭਖਿਆ ਹੋਇਆ ਹੈ 26 ਜਨਵਰੀ ਤੋਂ ਬਾਅਦ ਘਟਨਾਕਰਮ ਤੋਂ ਬਾਅਦ ਕੋਸ਼ ਕਿਸਾਨ ਅੰਦੋਲਨ ਦੇ ਵਿੱਚ ਕੀ ਬਦਲਾ ਆਇਆ ਕਿੱਥੋਂ ਤੱਕ ਕਿਸਾਨ ਅੰਦੋਲਨ ਪਹੁੰਚ ਗਿਆ ਤੇ ਆਉਣ ਵਾਲੇ ਸਮੇਂ ਚ ਕਿਸਾਨ ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ ਕੀ ਕੀ ਰਣਨੀਤੀ ਅਪਣਾਈ ਗਈ ਹੈ ਇਹ ਸਭ ਦੇ ਲਈ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਮੌਜੂਦ ਨੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਰੁਲਦੂ ਜੀ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤੁਸੀਂ ਇਹ ਦੱਸੋ ਵੀ ਤੁਹਾਡੇ ਹੱਥ ਵਿੱਚ ਜਿਹੜਾ ਖੁੰਡਾ ਫੜਿਆ ਹੋਇਆ ਮੈਂ ਦਿੱਲੀ ਕਿਸਾਨ ਅੰਦੋਲਨ ਤੋਂ ਬਾਅਦ ਦੇਖਣ ਲੱਗਿਆ ਹਾਲਾਂਕਿ ਖੁੰਡਾ ਪਹਿਲਾਂ ਵੀ ਹੁੰਦਾ ਸੀ ਵੀ ਇੱਕ ਖੁੰਡੇ ਵਾਲੇ ਬਾਬੇ ਵਜੋਂ ਤੁਸੀਂ ਪ੍ਰਚਲਿਤ ਹੋ ਗਏ ਕਿ ਦਿੱਲੀ ਚ ਖੁੰਡਾ ਤੁਹਾਡਾ ਵੱਖਰਾ ਖੜਕਦਾ ਕੋਈ ਨਹੀਂ 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 ਮੈਂ 2-3 ਸਾਲ ਪਹਿਲਾਂ ਮੇਰਾ ਐਕਸੀਡੈਂਟ ਹੋ ਗਿਆ ਸੀਗਾ ਉਦੋਂ ਮੇਰਾ ਚੂੜਾ ਟੁੱਟ ਗਿਆ ਸੀਗਾ ਡਾਕਟਰ ਨੇ ਮੈਨੂੰ ਦੋ ਤਿੰਨ ਗੱਲਾਂ ਕਹੀਆਂ ਸੀ ਹੈਗੀਆਂ ਵੀ ਇੱਕ ਤਾਂ ਜਦੋਂ ਤੂੰ ਤੁਰਨਾ ਤੇਰੇ ਨਾਲ ਹਰ ਇੱਕ ਇੱਕ ਬੰਦਾ ਲਾਜ਼ਮੀ ਚਾਹੀਦਾ ਹੈ ਬਾਈਆਂਸ ਦੁਆਰੇ ਡਿੱਗ ਲੂ ਪੇ ਔਖਾ ਹੋ ਜਾਊਗਾ ਇੱਕ ਉਹਨਾਂ ਕਹਿੰਦੇ ਛੁੱਟੀ ਰੱਖਣੀ ਛੁੱਟੀ ਬਜਾਏ ਆਪਣੇ ਪੰਜਾਬ ਦੇ ਵਿੱਚ ਖੁੰਡਾ ਬੰਦਾ ਰੱਖਦਾ ਡੋਡੀ ਉਮਰ ਦਾ ਰੱਖੇ ਖੁੰਡਾ ਰੱਖ ਲਿਆ ਖੁੰਡਾ ਹੈ ਮਤਲਬ ਦੋਲਣ ਦੇ ਵਿੱਚ ਮਸ਼ਹੂਰ ਹੋ ਗਿਆ ਕੋਈ ਮਾੜੀ ਚੀਜ਼ ਨਹੀਂ ਹੁੰਦੀ ਜੇ ਕੋਈ ਚੀਜ਼ ਮਸ਼ਹੂਰ ਹੋ ਜੇ ਹੁਣ ਮੈਂ ਕਦੇ ਵੀ ਪਿੰਡ ਜਾਣਾ ਐ ਤੁਹਾਨੂੰ ਕਹਿਣ ਦੀ ਲੋੜ ਨਹੀਂ ਪਊਗੀ ਗਰੂਲ ਜੂ ਸੰਗਾ ਤੁਸੀਂ ਕੋਈ ਬਾਬਾ ਖੁੰਡੇ ਵਾਲਾ ਆਇਆ ਕਿਸੇ ਪੰਜਾਬ ਦੇ ਪਿੰਡ ਚ ਵਗਜੋ ਉੱਥੇ ਆਪੇ ਇਕੱਠ ਹੋ ਜਾਣਾ ਵੀ ਉਹ ਬਾਬਾ ਆ ਗਿਆ ਖੁੰਡੇ ਵਾਲਾ ਮਸ਼ਹੂਰ ਹੈ ਗੱਲ ਕੋਈ ਮਾੜੀ ਚੀਜ਼ ਨਹੀਂ ਮਾੜੇ ਇਹ ਕਿਸੇ ਲੜਨ ਵਾਸਤੇ ਨਹੀਂ ਵਰਤਿਆ ਜਾਂਦਾ ਤੁਰਨ ਵਾਸਤੇ ਵਰਤਿਆ ਜਾਂਦਾ ਪਹਿਲੇ ਤੋਂ ਮੇਰੀ ਇਹ ਹੀ ਗੱਲ ਹੈ ਤੇ ਅੰਦਰ ਮੀਟਿੰਗ ਚ ਨਹੀਂ ਲਜਾਣ ਤੋਂ ਕਦੇ ਰੋਕਿਆ ਵੀ ਖੁੰਡਾ ਬਾਹਰ ਰੱਖੋ ਜੇ ਇਸ ਤਰ੍ਹਾਂ ਨਹੀਂ ਮੈਨੂੰ ਇਕੱਲਾ ਬਸ ਸ਼ਾਦੀ ਮੀਟਿੰਗ ਤੇ ਉਹਦੇ ਬਾਡੀਗਾਰਡਾਂ ਨੇ ਆ ਕੇ ਕਿਹਾ ਸੀ ਮੈਂ ਲਈ ਬੈਠੇ ਅੰਦਰ ਮੈਨੂੰ ਕਹਿੰਦੇ ਸਰਦਾਰ ਜੀ ਖੁੰਡਾ ਫੜਾ ਦੇ ਮੈਂ ਕਹਿੰਦਾ ਇਹ ਤਾਂ ਮੇਰਾ ਆਪ ਜੀ ਕਿਤਰਾਂ ਦੀ ਲੱਤਾਂ ਮੈਂ ਖੁੰਡਾ ਖੜਾ ਬਣਾ ਉਸਕੇ ਰਾ ਕੇ ਕਿ ਪੁੱਠੇ ਵਾਗ ਕੇ ਕਿਸੇ ਨੇ ਮੈਨੂੰ ਕਦੇ ਕਿਹਾ ਨਹੀਂ ਕੋਈ ਉਹਨੂੰ ਆਪਾਂ ਬੜਾ ਦਿਖਾਉਣ ਦੀ ਕਿਸੇ ਨੂੰ ਕੋਸ਼ਿਸ਼ ਵੀ ਨਹੀਂ ਕਰੀ ਆਪਦਾ ਤੁਰਨ ਵਾਸਤੇ ਰੱਖਿਆ ਤੁਰੀ ਨਹੀਂ ਤੋ ਬਣਾ ਇਸ ਗੱਲ ਹੈ अच्छा एक किसान आंदोलन ਜਿਹੜਾ 26 ਜਨਵਰੀ ਤੋਂ ਬਾਅਦ ਜਿਵੇਂ ਮੈਂ ਪਹਿਲਾਂ ਜ਼ਿਕਰ ਕਰਿਆ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਹੂਆ ਬਣਿਆ ਹੋਇਆ ਵੀ ਕਿਸਾਨ ਅੰਦੋਲਨ ਜਿਸ ਤਰ੍ਹਾਂ ਸਿੱਖਰਾਂ ਨੂੰ ਛੂਹਿਆ ਸੀ 26 ਜਨਵਰੀ ਦੇ ਘਟਨਾ ਕਰਮ ਤੋਂ ਬਾਅਦ ਥੋੜਾ ਡਾਊਨ ਆ ਗਿਆ ਪਰ ਜਿਸ ਤਰ੍ਹਾਂ ਤੁਹਾਡੇ ਲਗਾਤਾਰ ਮੀਟਿੰਗਾਂ ਚੱਲੀਆਂ ਸੀਗਾ ਪਹਿਲਾਂ ਉਸ ਤੋਂ ਬਾਅਦ ਮੀਟਿੰਗ ਵੀ ਨਹੀਂ ਹੁਣ ਕਿਸਾਨ ਅੰਦੋਲਨ ਕਿਸ ਪਾਇਦਾਨ ਤੇ ਖੜਾ ਹੈ 26 ਤੋਂ ਪਹਿਲਾਂ ਭਾਰਤ ਦੇ ਲੋਕਾਂ ਨੇ ਚ ਹਰਿਆਣੇ ਵਾਲੇ ਜੂਪੀ ਵਾਲੇ Rajasthan ਵਾਲੇ ਪੰਜਾਬ ਵਾਲੇ ਇਹਨੂੰ ਬਣਾ ਲਿਆ ਮੇਲਾ ਵੀ ਇੱਕ ਮੇਲਾ ਲੱਗਿਆ ਹੋਇਆ ਹੈ ਉਦੋਂ 26 ਦੀ ਘਟਨਾ ਵਾਪਰੀ ਲੋਕਾਂ ਦਾ ਫੇਰ ਪਤਾ ਲੱਗਿਆ ਤਾਂ ਵੀ جنگ ਹੈ ਜੀ ਵੀ ਇਹ ਮੇਲਾ ਨਹੀਂ ਹੈਗਾ ਇਹ ਤਾਂ ਇੱਕ ਸੈਂਟਰ ਸਰਕਾਰ ਨਾਲ ਭਾਰਤ ਦੇ ਲੋਕਾਂ ਦੀ جنگ ਚੱਲਦੀ ਹੈ ਹੁਣ جنگ ਦੇ ਵਿੱਚ ਤਾਂ ਫੇਰ ਮੱਝ ਦਾ ਲਾ ਲਈ ਜਾਊ ਨਾ ਦੂਜਾ ਤਪਾਸਾ ਵਟ ਕੇ ਲੰਘੂਗਾ ਕੋਈ ਘੱਟ ਨਹੀਂ ਘਟਿਆ ਉਸ ਤੋਂ ਬਾਅਦ ਠੀਕ ਆ 26 ਵਾਲੇ ਰਾਤ ਨੂੰ ਦੂਰ ਝਟਕਾ ਲੱਗਿਆ 27 ਨੂੰ ਅਸੀਂ ਗਰਮੋ ਗਰਮੀ ਹੋਏ ਆਪਾਂ ਚ ਜਿਹੜੇ ਤੋਂ ਫਰਕ ਰਹੇ ਉਹਨੂੰ ਦੂਜੇ ਨੂੰ ਕਿਹਾ ਅੱਥ ਨੂੰ ਸਾਰੀ ਗੱਲ ਸ਼ਾਂਤ ਕਰ ਲਈ ਜਿਹੜਾ ਕੋਈ ਬੋਲੇਗਾ ਬੋਲੇਗਾ ਮੁੜ ਕੇ ਉਸਨੂੰ ਬੋਲਣਾ ਹੀ ਨਹੀਂਗਾ ਪਰ ਉਸ ਤੋਂ ਬਾਅਦ ਤਾਂ ਸਭਾ ਸ਼ੰਗਾਰ ਸੇ ਵਧੀਆ ਤਰੀਕੇ ਨਾਲ ਚੱਲ ਰਿਹਾ ਹੈਗਾ ਉਹ ਪਹਿਲਾ ਰੋਲੀ ਵਾਲੀ ਗੱਲ ਨਹੀਂ ਦੱਲੀਏ ਢਾਦਾਂਗੇ ਤੇਰੀ ਏਟ ਏਟ ਕਰਦਾਂਗੇ ਬਹੁਤ ਜ਼ਿਆਦਾ ਇਹ ਲੈਣਾ ਉੱਥੇ ਗੱਲ ਦਾ ਉਹ ਸ਼ਾਂਤ ਐ ਸੋਗਾ ਹੁਣ ਪਿੰਡਾਂ ਵਾਲਿਆਂ ਨੇ ਖਾ ਪੰਚਾਇਤਾਂ ਨੇ ਆਪੇ ਵਾਰੀ ਬਣ ਲਈ ਪੰਜਾਬ ਦੀਆਂ ਪੰਚਾਇਤਾਂ ਨੇ ਆਪੇ ਵਾਰੀ ਬਣ ਲਈ ਸਾਨੂੰ ਤਾਂ ਰੋਡ ਹੀ ਨਹੀਂ ਪੈਂਦੀ ਸਾਨੂੰ ਕਿਤੇ ਆਪ ਇਕੱਠ ਕਰਨ ਦੀ ਰੋਡ ਨਹੀਂ ਪੈਂਦੀ ਮੈਂ ਕਈ ਇਥੇ ਤਿੰਨ ਤੀਜਾ ਤਰ੍ਹਾਂ ਕਰ ਗਿਆ ਪੰਜਾਬ ਦਾ ਆਪੇ ਲੋਕ ਇਕੱਠ ਕਰਦੇ ਹੁਣ ਭੀਖੇ ਦੇ ਵਿੱਚ ਆਪੇ ਕਰਿਆ ਲੋਕਾਂ ਨੇ ਚੰਡੀਗੜ੍ਹ ਕੇ ਲੋਕਾਂ ਨੇ ਆਪੇ ਇਕੱਠ ਕਰਿਆ ਅੱਗੇ ਸਾਨੂੰ ਆਪ ਨੂੰ ਕਰਨਾ ਪਵੇ ਹੁਣ ਲੋਕ ਕਰਦੇ ਨੇ ਆंदोलਨ ਦਾ ਜਿਹੜਾ ਪ੍ਰਚਾਰ ਹੈ ਸਾਰੀ ਦੁਨੀਆ ਤੇ ਭੱਗ ਗਿਆ ਕੱਲੀ ਭਾਰ ਦੇ ਲੋਕਾਂ ਦੀ ਅੱਖ ਨਹੀਂ ਲੱਗੀ ਜਿਹੜੇ ਸਾਡੇ ਲੋਕ ਬਾਹਰ ਬੈਠੇ ਨੇ ਕਿ ਹਿੰਦੂ ਨੇ ਮੁਸਲਮਾਨ ਨੇ ਸਿੱਖ ਨੇ ਜਿਹੜੇ ਇਹਨਾਂ ਨਾਲ ਜੁੜੇ ਨੇ ਭਾਰਤ ਦੇ ਨਾਲ ਉਹਨਾਂ ਦੀ ਵੀ ਨਿਗਾਹ ᱛੀ ਆ ਵੀ ਇੱਕ ਜਿੱਤੀਆਂ ਨਾਲ ਤਾਂ ਹੀ ਇਹ ਮਤਲਬ ਦੌਰ ਲੰਮਾ ਚੱਲ ਗਿਆ ਦਿੱਲੀ ਪੁਲਿਸ ਵੱਲੋਂ ਲਗਾਤਾਰ ਨੋਟਿਸ ਵੀ ਭੇਜੇ ਜਾ ਰਹੇ ਨੇ ਪੰਜਾਬ 'ਚ ਵੀ ਕਈ ਥਾਈਂ ਦਿੱਲੀ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਗਈ ਹੈ ਕਿਸਾਨ ਆਗੂਆਂ ਨੂੰ ਵੀ ਨੋਟਿਸ ਆ ਰਹੇ ਨੇ ਤੁਹਾਨੂੰ ਵੀ ਕਿਸ ਤਰ੍ਹਾਂ ਦਾ ਕੋਈ ਨੋਟਿਸ ਆਇਆ ਉਹ ਮੈਂ ਅੱਗੇ ਮਖੌਲਤ ਕਰਨਾ ਪਹਿਲਾਂ ਪਹਿਲਾਂ ਸਾਡਾ ਆੜਤੀਆਂ ਨਾਲ ਚੱਲਦਾ ਹੁੰਦਾ ਚੱਕਰ ਉਦੋਂ ਫੋਨ ਦੂਜੇ ਲੱਗੇ ਦੀ ਤੜਕੀ ਫੋਨ ਆਉਣਾ ਮ ਸਾਨੂੰ ਆਰਤੀਆਂ ਨੋਟਪੇਜ ਤਮਖਾਣ ਪੈਸੇ ਲੈਣੇ ਹੋ ਕੇ ਤੈਨੂੰ ਗੁਲਾਬ ਜਮਨ ਦਾ ਡੱਬਾ ਭੇਜੂਗਾ ਹੁਣ ਸਰਕਾਰ ਨਾਲ ਲੜਦੇ ਆਂ ਜੀ ਸਰਕਾਰ ਨੇ ਕੋਈ ਸਾਨੂੰ ਮਠਾਈ ਦਾ ਡੱਬਾ ਤਾਂ ਭੇਜਣਾ ਨਹੀਂਗਾ ਸਰਕਾਰ ਦਾ ਨੋਟ ਹੀ ਭੇਜਨੇ ਪਰਚੇ ਦਰਜ ਕਰਤੇ ਨੋਟ ਕਰਤੇ ਪਰ ਮੈਂ ਹਜੇ ਤੱਕ ਨਾ ਕੋਈ ਨੋਟ ਫੜਨਾ ਨਾ ਮੇਰੀ ਆਪ ਦੀ ਸਮਝ ਹੈ ਨਾ ਮੈਂ ਪੇਸ਼ ਹੋਵਾਂ ਜਿੱਦੇ ਪੁਲਿਸ ਫੜ ਕੇ ਲੈ ਜੂ ਫਿਰ ਪੁਲਿਸ ਲੈ ਜਾਊ ਮੈਨੂੰ ਨਹੀਂ ਪਤਾ ਕਿੱਥੇ ਲੈ ਜਾਊਗੀ ਜਿੱਥੇ ਪੇਸ਼ ਕਰੂਗੀ ਪੇਸ਼ ਹੋ ਜਾਾਂਗੇ ਕੋਈ ਬਿਆਨ ਲੂ ਬਿਆਨ ਦੇ ਦਾਂਗੇ ਉਦੋਂ ਪਹਿਲਾਂ ਅਸੀਂ ਆਪਦਾ ਕੰਮ ਕਿਉਂ ਛੱਡੀਏ ਕਿਉਂ ਅਸੀਂ ਜਾਈਏ ਅਦਾਲਤਾਂ ਦੇ ਵਿੱਚ ਜਿੱਦੇ ਲੈ ਆਊ ਇੱਕ ਸੋਸ਼ਲ ਮੀਡੀਆ ਤੇ ਮੈਸੇਜ ਕਾਫੀ ਵਾਇਰਲ ਹੋ ਰਿਹਾ ਹੈ ਵੀ ਇੱਕ ਮਾਰਚ ਤੋਂ ਜਿਹੜਾ ਦੁੱਧ ਦਾ ਰੇਟ ਹੈ 100 ਰੁਪਏ ਪ੍ਰਤੀ ਲੀਟਰ ਕਰਨਾ ਹੈ ਕਿਸਾਨ ਮੋਰਚੇ ਵੱਲੋਂ ਵੀ ਇਸ ਤਰ੍ਹਾਂ ਕੋਈ ਐਲਾਨ ਹੈ ਨਹੀਂ ਨਹੀਂ ਬਿਲਕੁਲ ਨਹੀਂ ਦੁੱਧਦਾਂ ਦੀਆਂ ਲੜਾਈਆਂ ਸਾਡੀਆਂ ਸਾਰੀਆਂ ਪਿੱਛੇ ਗਈਆਂ ਉਹਦਾ 40 ਸਾਲ ਹੋ ਗਏ ਜਿੱਦ ਦੇ ਰੂਪ ਸਿੰਘ ਨੇ ਸ਼ੁਰੂਆਤ ਕਰੀ ਮਦੁੱਧੂ ਹੀ ਕੀਤੀਗੀ ਉਹ ਲੜਾਈਆਂ ਦੁੱਧਦਾਂ ਦੀ ਨਹੀਂ ਹੈਗੀਆਂ ਹੁਣ ਕੋਈ ਜਿਹੀ ਕਣਕ ਦੇ ਭਾਅ ਦੀ ਲੜਾਈ ਜਾਂ ਹੋਰ ਨਹੀਂ ਹੈਗੀ ਸਿਰਫ ਇੱਕ ਤਾਂ ਸੀ ਸਰਕਾਰੀ ਰੇਟ ਬਣਾਉਣਾ ਚਾਹੁੰਦੇ ਆ ਦੁੱਧ ਦਾ ਵੀ ਸਰਕਾਰੀ ਰੇਟ ਬੱਜੇ ਵੀ ਨਾਜ ਦੋ ਵਾਧੇ ਵੇਖੂਗਾ ਨਾ ਘੱਟ ਵੇਖੂਗਾ ਲੈਣ ਵਾਲੇ ਵੀ ਠੀਕ ਤੇ ਵੇਚਣ ਵਾਲੇ ਵੀ ਠੀਕ ਹਉ ਇਹ ਜਾਣ ਕੇ ਨਾ ਮੈਨੂੰ ਆਇ ਲੱਗੀ ਜਾਂਦਾ ਕੋਠਾ ਤਾਂ ਸੀ ਪਾਉਣਿਆ ਆਪਦਾ ਵੀ ਛੱਤ ਪਾਉਣਿਆ ਸਾਡੀ ਪੌੜੀ ਤੇ ਚੜ ਕੇ ਹਰ ਇੱਕ ਬੰਦਾ ਚਮਾਰਾ ਪਾਉਣ ਨੂੰ ਫਿਰਦਾਗਾ ਵੀ ਅਸੀਂ ਚਮਾਰਾ ਪਾ ਲਈਏ ਹੁਣ ਇਹ ਵੇਚ ਦੀ ਦੁੱਧ ਦਾ ਫਾਲਣਾ ਛੇੜਤਾ ਕੀ ਜੇ ਅਸੀਂ ਦੁੱਧ ਮਹਿੰਗਾ ਥੋੜੇ ਕਰਨਾ ਹੈਗਾ ਜੀ ਗਰੀਬ ਬੰਦਾ ਸਾਡਾ ਰੌਲਾ ਤਾਂ ਜਿਹੜੇ ਮਾਤਮਾ ਸਾਡਾ ਦੁੱਧ ਕਾਜੂ ਬਦਵਾਉਂਦਾ ਸਾਡਾ ਰੌਲਾ ਤਾਂ ਉਹਨਾਂ ਨਾਲ ਹੈ ਹੁਣ ਡਾਨੀ ਬਾਨੀ ਦੇ ਘਰ ਵਾਲੀ ਨੂੰ ਕੋਈ ਹੋਜੂ ਉਹ 75000 ਦਾ ਕੱਪ ਜ਼ਿਆਦਾ ਪੀਂਦਾ ਉਹ ਹੁਣ ਗਰੀਬ ਨੇ ਜਿਹੜੇ ਤਰਕੇ ਪਾਈ ਆ ਦੁੱਧ ਲੈ ਕੇ ਚਾਹ ਕਰਨੀ ਐ ਅਸੀਂ ਤੇਲ ਦੇ ਰੇਟ ਘਟਾਈਏ ਤੇਲ ਦੇ ਬਰਾਬਰ ਦੁੱਧ ਕਿਉਂ ਦੇ ਜੀਚ ਅਸੀਂ ਲੜੀਏ ਵੀ ਰੇਟ ਘਟਾਓ ਸਾਡਾ ਲੋਕਾਂ ਦਾ ਸਮੂਹ ਦੋਲਣਾ ਉਹ ਕਹਿੰਦੇ ਵੀ ਰੇਟ ਘਟਾਓ ਜੇ ਤੇਲ ਦਾ ਰੇਟ ਵੱਧਦਾ ਤਾਂ ਸਾਰੀਆਂ ਚੀਜ਼ਾਂ ਦਾ ਰੇਟ ਵੱਧਦਾ ਅਸੀਂ ਲੜੀਏ ਰੇਟ ਘਟਾਉਣ ਨੂੰ ਇਹ ਨਾਲ ਲੜੀਏ ਜੇ ਕੋਈ ਬਦਾਰਥ ਹੈ ਸਾਡੇ ਘਰੇ ਪੈਸਾ ਕਰਨ ਤੇ ਲੋਕਾਂ ਨੂੰ ਖਾਣਾ ਸੀ ਦੁੱਬਰ ਕਰ ਦਈਏ ਇਹ ਅਣਸਮਝੀ ਦੀ ਗੱਲ ਆ ਸਾਡਾ ਕੋਈ ਪ੍ਰੋਗਰਾਮ ਨਹੀਂ ਅਵਾਨੀ ਡਾਨੀ ਦੇ ਪਰਿਵਾਰ ਬਾਰੇ ਤੁਸੀਂ ਕਾਫੀ ਸਟੱਡੀ ਕਰਦੇ ਲੱਗਦੇ ਹੈਗੇ ਤੁਸੀਂ ਦੱਸਿਆ ਵੀ ਉਹਨਾਂ ਦੀ ਜਿਹੜੀ ਵਾਈਫ ਹੈਗੀ ਉਹ 70000 ਦਾ ਚਾਹ ਦਾ ਕੰਪੀਂਦੀ ਹੈ ਜਨਤਕ ਤੌਰ ਤੇ ਵੀ ਸਟੇਜਾਂ ਤੋਂ ਫਿਰ ਉਹਨਾਂ ਨੂੰ ਇਸ ਤਰ੍ਹਾਂ ਦਾ ਐਲਾਨਿਆ ਜਾਂਦਾ ਹੈ ਉਹਨਾਂ 'ਚਾ ਸਾਨੂੰ ਕੁਝ ਵੀ ਮਿਲ ਜੇ ਪਰ ਅਸੀਂ ਪੋਤੜੇ ਫਰੋਦ ਹੀ ਰਹੇ ਨੇਗੇ ਦੇਖੋ ਅਸੀਂ ਉਹਨੂੰ ਜਮਾਤੀ ਦੁਸ਼ਮਣ ਸੌਂਜਦੇ ਆਪਾਂ ਇੱਥੇ ਦੋ ਜਮਾਤਾਂ ਹੈ ਕੋਈ ਜਾਤ ਨਹੀਂ ਪਾਤ ਨਹੀਂ ਧਰਮ ਨਹੀਂ ਕੁਝ ਨਹੀਂ ਇੱਕ ਜਮਾਤ ਲੁੱਟੀ ਜਾ ਰਹੀ ਹੈ ਇੱਕ ਜਮਾਤ ਲੁੱਟਦੀ ਹੈ ਉਹ ਲੁੱਟਣ ਵਾਲੀ ਜਮਾਤ ਹੈ ਉਹ ਸਾਡੇ ਪੱਕੇ ਦੁਸ਼ਮਣ ਨੇ ਜੀ ਹੁਣ ਉਹ ਲੁੱਟਣ ਵਾਲੀ ਜਮਾਤ ਨੂੰ ਅਸੀਂ ਨਾ ਕੋਸਾਂਗੇ ਉਹਦੀ ਗੱਲ ਨਹੀਂ ਕਰਾਂਗੇ ਕਿ ਸਾਡੀ ਲੜਾਈ ਕਦੀ ਹੋਗੀ ਲੜਾਈ ਲੜੀ ਪੂਰੀ ਲੜਾਈ ਉਹਦੇ ਨਾਲ ਸਾਡੀ 26 ਜਨਵਰੀ ਤੋਂ ਬਾਅਦ ਮੀਟਿੰਗਾਂ ਦਾ ਦੌਰ ਰੁਕ ਗਿਆ ਉਸ ਤੋਂ ਬਾਅਦ ਕੋਈ ਸੰਪਰਕ ਕੇਂਦਰ ਸਰਕਾਰ ਨੇ ਕਿਸਾਨਾਂ ਆਗੂਆਂ ਦੇ ਨਾਲ ਕੋਈ ਕੀਤਾ ਜਾਂ ਕੋਈ ਸੁਭਾਵਨਾ ਬਣੀ ਹੋਈ ਹੈਗੀ ਆ ਵੀ ਹੁਣ ਕੋਈ ਮੀਟਿੰਗ ਦੀ ਇਹ ਸਾਨੂੰ ਉਦੋਂ ਹੀ ਪਤਾ ਲੱਗਿਆ ਸੀਗਾ 13ਵੇਂ ਅਸੀਂ ਸਰਕਾਰ ਦੇ ਦੇਖ ਲਈਤੀਗੇ ਸਾਨੂੰ 1 ਤਰਤੂਬਰ ਨੇ ਉੱਠਦਿਆਂ ਨੂੰ ਇਹ ਕਿਹਾ ਸੀ ਲੀਡਰਾਂ ਨੂੰ ਕਹਿੰਦਾ ਵੀ ਤੁਸੀਂ ਹੁਣ ਆਪਦੀ ਪ੍ਰਸ਼ਟ ਕਰ ਲੋ ਅਸੀਂ ਆਪਦੀ ਪ੍ਰਸ਼ਟ ਸਾਨੂੰ ਪਤਾ ਲੱਗ ਗਿਆ ਸੀ ਵੀ ਹੁਣ ਲੰਮਾ ਤਰੇ ਗੱਲ ਚੱਲਦੀ ਦੁਲਦੀ ਨਹੀਂ ਗਈ ਕਿ ਉਹ ਸਰਕਾਰ ਇੱਕ ਪੂਰਾ ਮਥੀ ਬੈਠੀ ਸੀ ਵੀ 26 ਤਰੀਕ ਨੂੰ ਸਿੱਧਾ ਭੋਗ ਪਾ ਦੇਣਾ ਉਹਦਾ ਉਹਨੇ ਜੋ ਹਾ ਕਿਸਾਨਦੋਣ ਸਾਰੇ ਇੰਤਜ਼ਾਮ ਉਹਦੇ ਕਰੇ ਹੋਏ ਸੀ ਪੜਕਾ ਕੇ ਸਾਰਾ ਕੁਝ ਕਰਕੇ ਹੋਇਆ ਪਰ ਸਾਡੇ ਵਰਕਰ ਪੱਕੇ ਦੀ ਲੀਡਰ ਸੈਣੀ ਦੀ ਅੰਦੋਲਨ ਨੂੰ ਸੀ ਦੁਬਾਰੇ ਸਾਹਮਣੇ ਇਹ ਸਰਕਾਰ ਨੂੰ ਭੇਖਾ ਵੀ ਉਥੋਂ ਦੋ ਸਾਨੂੰ ਖਲਾਸ ਸਾਡੇ ਪੰਜਾਬ ਵਾਲਿਆਂ ਕੋਲੇ ਕੱਲਿਆਂ ਕੋਲੇ 1 ਲੱਖ ਬੰਦਾ ਹੈ ਜੇ ਮਰਨ ਨੂੰ ਕਹਦਾਂਗੇ ਮਰਨਗੇ ਜਿਹੜੇ ਜਨ ਨੂੰ ਕਹਿੰਦੇ ਕਿ ਜੀਲ ਜਾਣਗੇ ਕੁਝ ਵੀ ਕਹਿਦਾਂਗੇ ਤੇ ਨਾ ਹੱਲਣਗੇ ਜੇ ਹੁਣ ਲੱਖ ਸਾਡੇ ਕੋਲੇ ਹੈ ਹਰਿਆਣਿਆਂ ਕੋਲੇ ਸਾਡੇ ਨਾਲ ਵੱਧ ਹੋ ਸਕਦਾ ਹੈਗਾ ਜੁਪੀ ਵਾਲਿਆਂ ਕੋਲ ਸਾਡੇ ਨਾਲ ਵੱਧ ਹੋ ਸਕਦਾ ਹੈ ਰਾਜਸਥਾਨਾ ਕੋਲ ਸਾਡੇ ਨਾਲ ਵੱਧ ਦਾਰੀਆਂ ਸੱਟਿਆਂ ਕੋਲੇ ਬੰਦੇ ਬਰਕਤ ਕੀਤਾ ਹੈਗੇ ਨਗੇ ਇਹ ਐ ਨਹੀਂ ਹੈਗਾ ਵੀ ਮਤਲਬ ਬਹੁਤ ਜਿਆਦੇ ਲੋਕ ਹੋਰਸਾ ਸਾਡੇ ਕੋਲੇ ਜਿਹੜੀ ਠੰਡੇ ਮੱਤੇ ਨਾਲ ਲੜੂਗੀ ਸਰਕਾਰ ਜਿੰਨਾਂ ਨੂੰ ਲੰਮਾ ਲੈ ਜੂਗੀ ਸਾਡੇ ਲੀਡਰ ਚਾਹੀਏ ਕੁਛ ਕਹੀ ਜਾਣ ਮੇਰੀ ਸਮਝ ਮੁਤਾਬਕ ਸਾਡੇ ਹੱਕ ਜਾਊਗਾ ਲੰਮੇ ਨਾਲਕ ਸਾਡੇ ਮੁੰਡੇ ਸੰਘਰਸ਼ ਤੇਰਾ ਪੈ ਜਾਣਗੇ ਇੱਕ ਸਾਡੇ ਲੋਕਾਂ ਨੂੰ ਤਜਰਬਾ ਆ ਜਾਊਗਾ ਇੱਕ ਆਉਣ ਵਾਲੇ ਇਤਿਹਾਸ ਲਿਖਿਆ ਜਾਊਗਾ ਵੀ ਇਹੋ ਜਿਹੇ ਬੰਦੇ ਯਾਰ ਇੰਨਾ ਲੰਮਾ ਅੰਦੋਲਨ ਚਾਹ ਚਾਚੇਜੀਤ ਨੂੰ ਕਿਉਂ ਯਾਦ ਕਰਦੇ ਆ 9 ਮਹੀਨੇ ਇਕੱਲਾ ਬੰਦਾ ਚਲਾ ਗਿਆ ਦੀਗਾ ਜੇ 9 ਮਹੀਨੇ ਬ੍ਰਿਟਾਨੀਆ ਸਰਕਾਰ ਬਣੇ ਚਾਚਾਜੀਤ ਸਿੰਘ ਚਲਾ ਸਕਦਾ ਤੇ ਅਸੀਂ 18 ਮਹੀਨੇ ਚਲਾ ਨਹੀਂ ਸਕਦੇ ਕੋਈ ਇਹਨੂੰ ਕਾਹਲ ਕਰਨ ਦੀ ਲੋੜ ਨਹੀਂ ਠੰਡੇ ਮਤੇ ਨਾਲ ਚੱਲੂ ਸਰਕਾਰ ਹੋਊਗੀ ਤੁਸੀਂ ਕਿਹਾ ਵੀ ਤੁਹਾਡੀ ਜਿਹੜੀ ਕਿਸਾਨੀ ਜਿਹੜਾ ਸੰਘਰਸ਼ ਦੇ ਵਿੱਚੋਂ ਤੁਸੀਂ ਕਿਉਂ ਲੱਗੇ ਹੋਇਓਂ ਅੰਦੋਲਨ ਦੀ ਸ਼ੁਰੂਆਤ ਦੁੱਧ ਦੇ ਮੋਰਚੇ ਤੋਂ ਕਰੀ ਸੀ ਤੁਹਾਡੀ ਉਮਰ ਕਿੰਨੀ ਸੀ ਉਦੋਂ ਤੇ ਹੁਣ ਤੱਕ ਕਿੰਨੀ ਕਵਾਰ ਜੇਲ੍ਹ ਜਾ ਚੁੱਕੇ ਹੋ ਤੇ ਕਿੰਨੇ ਕ ਪਰਚੇ ਤੁਹਾਡੇ ਪੰਜਾਬ ਦੇ ਥਾਣਿਆਂ 'ਚ ਦਰਜ ਨੇ ਮੇਰੀ 28 ਸਾਲ ਦੀ ਉਦੋਂ ਉਮਰ ਸੀ ਕੀ ਸਮਝ ਲਓ ਪਰਚੇ ਤਾਂ ਜੇ ਤਾਂ ਮੈਂ ਫੇਰ ਇਕੱਲੇ ਇਕੱਲਿਆਂ ਦੱਸਦਾ ਫੇਰ ਤੋਂ ਕਈ ਦਰਜਣਾ ਬਣ ਗੀਆਂ ਨੇਗੀਆਂ ਸਹੀ ਮੇਰੇ ਤੇ ਜੇ ਕਹ ਜੀ 24 ਪਰਚੇ ਕੱਟ ਕੇ ਮਤਲਬ ਮੈਂ ਜੇਲ੍ਹ ਗਿਆ ਹੁਣ 25ਵੇਂ ਉਹਨਾਂ ਨੇ ਉੱਥੇ ਕੱਟਤਾ ਦਿੱਲੀ ਦੇ ਵਿੱਚ ਇੱਕ ਪਤਾ ਨਹੀਂ ਇੱਕ ਪਾਇਓਕਰ ਦੋ ਪਾਇਓ ਹੋਊਗਾ ਉਹ ਤਾਂ ਸਾਡੀ ਤਰੱਕੀ ਵੱਧਦੀ ਉਹਦੇ ਨਾਲ ਤਾਂ ਜਿੰਨੇ ਸਾਡੇ ਤੇ ਪਰਚੇ ਦਰਜ ਹੋਣਗੇ ਉਹਨੇ ਇੱਕ ਤਰ੍ਹਾਂ ਦੇ ਮਾਡਲ ਮਿਲੇ ਹੋਏ ਨੇ ਸਾਨੂੰ ਵੀ ਉਹ ਇੱਕ ਕੇਸ ਦੇ ਵਿੱਚ ਮੈਨੂੰ 3 ਸਾਲ ਦੀ ਸਜ਼ਾ ਵੀ ਹੋਈ ਹੈ ਕੋਈ ਆਪਾਂ ਕਦੇ ਗਲਤ ਕੰਮ ਨਹੀਂ ਕਰਿਆ ਧੁਕੜ ਫੀਮ ਨਹੀਂ ਵੇਚਿਆ ਹੋਰ ਨਹੀਂ ਕਰਿਆ ਪਰਚੇ ਜਨੇ ਦਰਜੋ ਨੇ ਕੋਲਾਂ ਦੇ ਵਿੱਚ ਹੀ ਹੋਏ ਨੇਗੇ ਮੇਰਾ ਖਿਆਲ ਉਹ 3 ਸਾਲ ਦੀ ਸਜ਼ਾ ਉਹ ਤੋਂ ਬਰੀ ਹੋ ਜਾਣਗੇ ਮੇਰਾ ਇੰਨੇ ਕਹਿਗੇਗਾ ਇੱਕ ਵਾਰ ਤੁਹਾਨੂੰ ਕਿਸਾਨ ਧਰਨੇ ਚੋਂ ਮੇਰੇ ਖਿਆਲ ਫੜਕੇ ਲੈ ਕੇ ਗਏ ਸੀ ਤੁਸੀਂ ਜੇਲ੍ਹ ਗਏ ਸੀ ਜੇਲ੍ਹ ਦੇ ਵਿੱਚ ਵੀ ਧਰਨਾ ਸ਼ੁਰੂ ਕਰਤਾ ਸੀ ਉੱਥੇ ਕੈਦੀਆਂ ਦੀਆਂ ਮੰਗਾਂ ਲਈ ਤੁਸੀਂ ਜੇਲ੍ਹ ਬਾਦਰ ਦੇ ਨਾਲ ਵੀ ਭੜਗੇ ਸੀ ਉਹ ਕੀ ਘਟਨਾ ਕਰਮ ਹੋਇਆ ਸੀ ਉਹ ਸਾਡਾ ਪਹਿਲਾਂ ਹੀ ਹੋਇਆ ਸੀਗਾ ਜਦੋਂ ਅਸੀਂ ਕਲਫੂ ਵਾਲੇ ਅੰਦਰ ਗਿਆਂਗੇ ਜੀ ਗਰਮੀ ਦੇ ਮਹੀਨੇ ਸਾਨੂੰ ਫੜਿਆ ਸੀਗਾ ਜਿਹੜੀ ਬਾਰੰਗਾ ਤੇ ਸਾਨੂੰ ਬੰਦ ਕਰਨਾ ਸੀ ਉਹਦੇ 200 ਬੰਦਾ ਪੈਂਦਾ ਹੁੰਦਾ ਪੈ ਸਕਦਾ ਸੀ ਸਾਨੂੰ 450 ਨੂੰ ਪਾਤਾ ਮੈਂ ਦੂਏ ਦਿਨ ਸੰਘਰਸ਼ ਸ਼ੁਰੂ ਕਰਤਾ ਸਾਡਾ ਲੀਡਰ ਤਾਂ ਉਹ ਹੋਰ ਤੇ ਜ਼ਿਲ੍ਹੇ ਦਾ ਪ੍ਰਧਾਨ ਪਰ ਮੈਂ ਆਪਦਾ ਸ਼ੁਰੂ ਕਰਕੇ ਮੈਂ ਸਾਰੀਆਂ ਮੰਗਾ ਜੇਲ੍ਹ ਚ ਬਣਾ ਲੀਆਂ ਦੀਆਂ ਪਹਿਲੇ ਦਿਨ ਫਰਮਾਂ ਰਗਾਈਆਂ ਚਕਾਈਆਂ ਸਮਝ ਲੈ ਦੂਜੇ ਦਿਨ ਬਾਰੰਗ ਹੋਰ ਲਈ ਤੀਜੇ ਦਿਨ ਮੈਂ ਇਥੋਂ ਕਹਿੰਦਾ ਵੀ ਜਿੰਦਾ ਨਹੀਂ ਲੱਗਣਾ ਉਹ ਬਾਰੰਗ ਨੂੰ ਅਸੀਂ ਖੁੱਲੇ ਪਿੰਦੇ ਰਹਿਆ ਬਠੰਡੇ ਜੇਲ੍ਹ ਚ ਬਾਹਰ ਪਾਓ ਅੰਦਰ ਪਾਓ ਮੈਂ ਉਹ ਲੜਾਈ ਆਪਦੀ ਅੰਦਰ ਤੇ ਬਾਹਰ ਇਹ ਕਰਕੇ ਦੇਖੀ ਹੈਗੀ ਕੱਦ ਕਿਸਾਨ ਅੰਦੋਲਨ ਨੂੰ ਹੁਣ ਇਸ ਸਮੇਂ ਮੌਜੂਦਾ ਦੌਰ ਦੇ ਵਿੱਚ ਕਿੱਥੇ ਖੜਾ ਦੇਖਦੇ ਹੋ ਪੂਰੇ ਸਿਕਰਾਂ ਤੇ ਪੂਰੇ ਸ਼ਾਂਤਮਈ ਪੂਰੇ ਵਧੀਆ ਟੰਗ ਦੇ ਨਾਲ ਵਧੀਆ ਲੀਡਰਸ਼ਿਪ ਦੀ ਸਿਆਣਪ ਨਾਲ ਲੋਕਾਂ ਦੀ ਸਿਆਣਪ ਨਾਲ ਮੈਂ ਤਾਂ ਹੀ ਤੁਹਾਨੂੰ ਕਹਾਂ ਸਾਡੇ ਪੱਕੇ ਵਰਕਰ ਜਿਆਦੇ ਨੇ ਹੁਣ ਉੱਥੇ ਜਿਆਦੇ ਪੱਕੇ ਵਰਕਰ ਨੇ ਆਮ ਲੋਕ ਜਾਈ ਜਾਂਦੇ ਨੇ ਆਈ ਜਾਂਦੇ ਨੇ ਉਹ ਸਰਕਰ ਚੰਦਾ ਹੈ ਹਾੜੀ ਦੀ ਸੀਜ਼ਨ ਨੂੰ ਲੈ ਕੇ ਵੀ ਕੋਈ ਰਣਨੀਤੀ ਬਣਾਈ ਹੈਗੀ ਆ ਵੀ ਤਾਂ ਕਿ ਕਿਸਾਨਾਂ ਦੀ ਗਿਣਤੀ ਵੀ ਉੱਥੋਂ ਨਾ ਘਟੇ ਵੈਸੇ ਹੁਣ ਮਸ਼ੀਨੀ ਯੁੱਗ ਦੇ ਕਾਰਨ ਹਾੜੀ ਦਾ ਕੋਈ ਨਾ ਲੰਬਾ ਸੀਜ਼ਨ ਨਹੀਂ ਹੁੰਦਾ ਪਰ ਕਿਸਾਨ ਯੂਨੀਅਨਾਂ ਨੇ ਕੋਈ ਇਕੱਠ ਵਾਸਤੇ ਕੋਈ ਇਹਦਾ ਐਲਾਨ ਨਹੀਂ ਕੁਝ ਹੱਥੀਂ ਕਣਕ ਵੜਦੇ ਹੁੰਦੇ ਜਦੋਂ ਮੈਂ ਸ਼ੁਰੂ ਤੋਂ ਜੀੜ ਜਾਣ ਲੱਗਿਆ ਤਿੰਨ ਸਾਲ ਲੋਕਾਂ ਨੇ ਮੇਰੀ ਕਣਕ ਹੱਥੀਂ ਵੱਢੀ ਮੇਰਾ ਨਰਮਾ ਬ ਉਹ بابا ਚਰ ਲੱਗਿਆ ਹਣਾਵੇਂ ਛੋਟੇ ਹੁੰਦੇ ਪਹਿਲਾਂ ਮਾਂ ਦੀ ਹੁਣ ਤਾਂ ਗੱਲ ਹੀ ਕੁਛ ਨਹੀਂ ਹੁਣ ਤਾਂ 12 ਦਿਨਾਂ ਦਾ ਸੀਜ਼ਨ ਮੁੱਕ ਜਾਣਾ ਕਪਾਏ ਨੇ ਵੱਢਣੀਆਂ ਕਣਕ ਟਰਾਲੀ 'ਚ ਪਾਈ ਜਾਣੀਆਂ ਤੂੜੀ ਬਤਲ ਉਹਨੇ ਮਸ਼ੀਨ ਨੇ ਬਣਾਉਣੀ ਹੈ ਉਹ ਲਿਫਟਾਂ ਟਰਾਲੀਆਂ ਘਰੇ ਲਾਜਣੇ ਪੱਖੇ ਨੰਦਰਪਾਣੇ ਹੁਣ ਕਿਹੜੇ ਕੰਮ ਇੱਕ ਪਿੰਡ 'ਚੋਂ 10 ਬੰਦੇ ਹੋਣਗੇ ਉਹਦਾ ਕੰਮ ਕਰ ਦੇਣਗੇ ਲੋਕ ਕੋਈ ਫਰਕ ਨਹੀਂ ਸੁਗਾ ਜਿਹੜਾ ਉੱਥੇ ਵਾਲਾ ਰਹੂ ਨਜ਼ਾਰਾ ਚ ਰਹੂ ਕਣਕਾਂ ਤੋਂ ਫਿਰ ਮਾੜਾ ਮੋਟਾ ਇੱਥੇ ਕੰਮ ਕਰਨਾ ਪਊਗਾ ਜੇ ਤੂੜੀ ਚ ਪਾਉਣੀ ਆ ਚੱਕ ਕੇ ਕੋਸ਼ ਕਰਨਾਗਾ ਇਹ ਕੋਈ ਵੱਡੇ ਵਾਲੀ ਗੱਲ ਨਹੀਂ ਇਹ ਆਪਣੇ ਲੋਕਾਂ ਚ ਇੱਕ ਮੁਹੱਬਤ ਪਿਆਰ ਆ ਪੰਜਾਬ ਦੇ ਲੋਕਾਂ ਚ ਘਟੋ ਘਟ ਆਪਾਂ ਹਮਦਰਦੀ ਰੱਖਦੇ ਆ ਕੋਈ ਅੱਜ ਨਹੀਂ ਪਹਿਲੇ ਦਿਨੋਂ ਜੇ ਕੋਈ ਮਗਰ ਰਾਂਝਾ ਦਾ ਹੜੀ ਦੂਜੇ ਲੋਕ ਨਾਲ ਲੱਕ ਉਹਦੀ ਹੜੀ ਬਣਾਉਂ ਜਾਰੇ ਮਗਰ ਰਾਂਝਾ ਆਪਾਂ ਬਰਾਬਰ ਰਲਾ ਲਓ ਇਹ ਲੋਕਾਂ ਤੇ ਸਭ ਤਾਂ ਜਿਹੜੀ ਸਾਡੇ ਪਿਆਰ ਦੀ ਐ ਇਹ ਹਜੇ ਵੀ ਤੁਰੀਉਂਦੇ ਆ ਆਹ ਅंदोलਨ ਨੇ ਉਹ ਕਾਂਗਰਸ ਅਕਾਲੀਆ ਦੀ ਲੜਾਈ ਮਕਾਤੀ ਇਕੱਠੇ ਬੈਠਣ ਲੱਗੇ ਇਕੱਠੇ ਉੱਥੇ ਰਹਿੰਦੇ ਨੇਗੇ ਉਹ ਆਉਂਦੀ ਦੂਜੀ ਭੁੱਲ ਹੀ ਗਏ ਕ ਪੰਜਾਬ ਸਰਕਾਰ ਦਾ ਆਖਰੀ ਬਜਟ ਹੈ ਇਸੇ ਆਉਣ ਵਾਲੇ 2 ਦਿਨਾਂ ਚ ਜਿਹੜਾ ਬਜਟ ਪੇਸ਼ ਹੋਣਾ ਕੀ ਉਮੀਦ ਰੱਖਦੇ ਹਾਂ ਬਜਟ ਤੋਂ ਮੇਰਾ ਖਿਆਲ ਹੈ ਵੀ ਉਹ ਬਜਟ ਨਾ ਜਿਹੜੀਆਂ ਰਾਜਾ ਸਾਹਿਬ ਨੇ ਪਹਿਲਾਂ ਮੰਗਾ ਹਜਮ ਮੰਨੂ ਮੰਨੀਆਂ ਦੀਆਂ ਉਹ ਮੰਗਾਂ ਪੂਰੀਆਂ ਕਰ ਦੇ ਬਸ ਬਜਟ ਭੂਰਾ ਨਾ ਦੇਵੇ ਨਾ ਦੇਣ ਦਾ ਬਜਟ ਐਸ ਪਾਸੇੋਂ ਦੇਣਗੇ ਐਸ ਪਾਸੇ ਜੇਬ ਚੋਂ ਕੱਢਣਗੇ ਸਰਕਾਰ ਕੁਝ ਨਹੀਂ ਦਿੰਦੀਆਂ ਪਰ ਜਿਹੜੀਆਂ ਮੰਗਾਂ ਮਕਾਇਕੇ ਵੋਟਾਂ ਲਈਆਂ ਨੇ ਉਹ ਪੂਰੀਆਂ ਕਰ ਦੇ ਕੈਪਟਨ ਸਾਹਿਬ ਉਹਦੀ ਸ਼ਾਬਾਸ਼ੀ ਹੋਣੀ ਚਾਹੀਦੀ ਆਖਰੀ ਮੈਸੇਜ ਤੁਸੀਂ ਨੌਜਵਾਨਾਂ ਨੂੰ ਜਾਂ ਪੰਜਾਬ ਦੇ ਉਹਨਾਂ ਲੋਕਾਂ ਨੂੰ ਜੋ ਦਿੱਲੀ ਅੰਦੋਲਨ ਦੇ ਵਿੱਚ ਨਹੀਂ ਗਏ ਕੀ ਅਪੀਲ ਕਰਨੀ ਚਾਹੁੰਦੇ ਹੈਗੇ ਹੋ ਤੁਸੀਂ ਜਿਹੜਾ ਵੀ ਖੇਤੀ ਕਾਨੂੰਨਾਂ ਦੇ ਖਿਲਾਫ ਅੰਦੋਲਨ ਹੈ ਕਿਸ ਤਰ੍ਹਾਂ ਦਾ ਯੋਗਦਾਨ ਜਿਹੜਾ ਭਵਿੱਖ 'ਚ ਵੀ ਲੋੜੀਂਦਾ ਹੈਗਾ ਜਿਹੜਾ ਦਿੱਲੀ ਅੰਦੋਲਨ 'ਚ ਨਹੀਂ ਜਾਂਦਾ ਕਿਸਾਨ ਦਾ ਪੁੱਤ ਹੁੰਦਾ ਮੇਰੇ ਸਾਹਬ ਤੋਂ ਕਿਸਾਨ ਦਾ ਪੁੱਤ ਹੀ ਨਹੀਂ ਮੈਂ ਤਾਂ ਇੱਥੋਂ ਤੱਕਰ ਗੱਲ ਕਹਿਣੀ ਜਉਣਾ ਉਹ ਕਿਸਾਨ ਨਹੀਂ ਜਿਹੜਾ ਦਿੱਲੀ ਅੰਦੋਲਨ 'ਚ ਉੱਥੇ ਹਫ਼ਤਾ ਲਾ ਕੇ ਨਹੀਂ ਆਉਂਦਾ ਇੱਡਾ ਵੱਡਾ ਅਧੂਲਨ ਭਾਰਤ ਸਰਕਾਰ ਨਾਲ ਇੱਕ ਸਾਡੀ ਜੰਗ ਚੱਲ ਰਹੀ ਹੈ ਤੇ ਇੱਥੇ ਉਹ ਮੌਜਲਾ ਬੈਠਾ ਹੈਗਾ ਉਹਨੂੰ ਕਿਵੇਂ ਕਿਸਾਨ ਕਿਹਾ ਜਾਊਗਾ ਉਹਨੂੰ ਕਿਵੇਂ ਕਿਸਾਨ ਦਾ ਪੁੱਤ ਕਿਹਾ ਜਾਊਗਾ ਕੂਈ ਲੜਾਈ ਕੱਲੇ ਥੋੜੀ ਹੈ ਇਹ ਜਨ ਅਧੂਲਨ ਹੈ ਕੱਲੇ ਕਿਸਾਨ ਨਹੀਂ ਦੁਕਾਨਦਾਰਾਂ ਨੂੰ ਵੀ ਜਾਣਾ ਚਾਹੀਦਾ ਆੜਤੀਆਂ ਨੂੰ ਵੀ ਜਾਣਾ ਚਾਹੀਦਾ ਮਲਾਜ਼ਮਾਂ ਨੂੰ ਵੀ ਜਾਣਾ ਚਾਹੀਦਾ ਇਹ ਜੇ ਆਟਾ ਉਹਨਾਂ ਦੇ ਹੱਥ 'ਚ ਆ ਗਿਆ ਡਾਨੀ ਬਾਨੀਆਂ ਦੇ ਆਟਾ ਲਫਾਵੇ ਵਿੱਚ ਪਾ ਕੇ ਐ ਮਿਲਣਾ ਹੈ ਜਿਹੜਾ ਆਟਾ ਸੀ ਗਰੀਬਾਂ ਨੂੰ ਅੱਜ 20-25 ਰੁਪਏ ਕਿਲੋ ਦੇਈ ਜਾਂਦੇ ਆ ਉਹ 100 ਰੁਪਏ ਕਿਲੋ ਮਿਲਣਾ ਜੇ ਚਿਪਸ ਨਹੀਂ ਮਿਲਦੇ ਉਹ ਲਪਾਪੇ ਜਿਹਾ ਪਾ ਕੇ ਇਹ ਜਨ ਅੰਦੋਲਨ ਦੇ ਵਿੱਚ ਇਕੱਲੇ ਕਿਸਾਨਾਂ ਨੂੰ ਲਾਂਭਾ ਨਹੀਂ ਹੈਗਾ ਵੀ ਉਹ ਜਾਣਦੇ ਨਹੀਂ ਇਹ ਤਾਂ ਮੈਂ ਕਹਿੰਦਾ ਸਾਰੇ ਲੋਕਾਂ ਨੂੰ ਜਾਣਾ ਚਾਹੀਦਾ ਹੁਣ ਆਰਤੀਏ ਨੇ ਸਾਡੇ 30000 ਹਜ਼ਾਰ ਆਰਤੀਏ ਕੰਮ ਕਰਦਾ ਕੀ ਉਹਨਾਂ ਚ ਉੱਥੇ 1000 ਬੰਦਾ ਰਹਿ ਨਹੀਂ ਸਕਦਾ ਤੀਵੇਂ ਦਿਨ ਵਾਰੀ ਆਈ ਵੀ ਫਲਾਨੇ ਸ਼ਹਿਰ ਵਾਲੇ ਜਾਣਗੇ ਭਈ ਉੱਥੇ ਰਹਿ ਕੇ ਆਓ ਵੀ ਦੂਜੇ ਆਪਦੇ ਤੰਬੂ ਲਾਉਣ ਜੇ ਸਾਡੇ ਲਾਏ ਹੋਏ ਨੇ ਆ ਸਾਡੇ ਜੱਟ 100 ਵਗਜਣ ਆਰਤੀਏ 1 ਵਗਜੇ ਸਰਕਾਰ ਤੇ 100 ਦਾ ਮੁਕਾਬਲਾ ਕਰੂਗਾ ਇਹ ਕਿਉਂ ਉਹ ਆਖਰ ਵੀ ਇਹ ਵੀ ਕਿਤੇ ਨਾਲ ਜੁੜ ਕੇ ਖੇਤੀ ਨਾਲ ਜੁੜ ਕੇ ਆਰਥੀਆਂ ਨੂੰ ਮੈਂ ਬੇਨਤੀ ਕਰਦਾਗਾ ਨਹੀਂ ਉਹਨਾਂ ਕੀਤਾ ਜਾਊਗਾ ਹੁਣ ਘਟੋ ਘਟਾ ਵੀ 30000 ਆਰਥੀਆਂ ਸਾਰੇ ਮੈਂ ਬੱਚੇ ਹਰਿਆਣੇ ਦੇ ਲਾ ਕੇ ਲੱਖ ਕਾੜਤੀ ਦਾ ਮੇਰਾ ਹਿਸਾਬ ਲਾਏ ਵੀ ਕੰਮ ਕਰਦਾਗਾ ਲੱਖ ਹੋਇਆ ਪੰਜ ਜੀਆਂ ਦਾ ਪਰਿਵਾਰ ਆ 5 ਲੱਖ ਹੋ ਗਿਆ ਇੱਕ ਉਹਦੇ ਮਿਲੀ ਮੁਕੰਮ ਕਰਦਾਗਾ ਪੰਜ ਜੀਆਂ ਦੋਧਪਰਾ 10 ਲੱਖ ਹੋ ਗਿਆ ਇੱਕ ਉਹਦੇ ਉੱਥੇ ਮਜ਼ਦੂਰ ਕੰਮ ਕਰਦਾਗਾ 5 ਲੱਖ ਬੰਦਾ ਉਹ ਹੋ ਗਿਆ ਜਿਹੜਾ ਉੱਥੇ ਰੋਟੀ ਖਾਂਦਾਗਾ ਲੱਖਾਂ ਲੋਕਾਂ ਦੇ ਤੇ ਰੋਟੀ ਖਾਂਦੇ ਨੇ ਤੇ ਜੋ ਹਜੇ ਨੂੰ ਆਪਦੀ ਲੜਾਈ ਨੂੰ ਨਹੀਂ ਸਮਝਣਗੇ ਤੁਹਾਡੀ ਗੱਲ ਉਹਨੂੰ ਜਾਣਾਂ ਚਾਹੀਦਾ ਇਹ ਹੀ ਗੱਲ ਜਾਂਦੇ ਨੇ ਪੈਸਾ ਦਿੰਦੇ ਨੇ ਫੰਡ ਦਿੰਦੇ ਨੇ ਮੈਂ ਰਾਤ ਆਇਆ ਦੋ ਤਿੰਨ ਬੰਦਿਆਂ ਨੂੰ ਮਿਲਿਆ ਮੈਨੂੰ ਫੰਡ ਦਿੱਤਾ ਕੋਈ ਡਿੱਕਾ ਨਹੀਂ ਪੈਂਦਾ ਵੀ ਪ੍ਰਧਾਨ ਜੀ ਪਰ ਕੱਲੇ ਫੰਡ ਨਾਲ ਨਹੀਂ ਚੱਲਦਾ ਕੱਲਾ ਉੱਥੇ ਤਿੰਨ ਚੀਜ਼ਾਂ ਨਾਲ ਅਦੋਲਣ ਜਿੱਤਿਆ ਜਾਂਦਾ ਹੈ ਮਤਲਬ ਪੈਸਾ ਉਹ ਸਾਡੇ ਕੋਲ ਹੈਗਾ ਲੋਕਾਂ ਦਾ ਇਕੱਠ ਉਹ ਸਾਡੇ ਕੋਲ ਹੈਗਾ ਤੇ ਖਰਾਕ ਦੋਨੇ ਚੀਜ਼ਾਂ ਵਾਧੂ ਨਹੀਂ ਜਾਂ ਕੋਈ ਹਜੇ ਤੱਕ ਕੋਈ ਦੁੱਧਾ ਤੋੜਾ ਨਹੀਂ ਪਿਆ ਲੱਸੀ ਦਾ ਤੋੜਾ ਨਹੀਂ ਪਿਆ ਉਹ ਜਿਹੜਾ ਫਾਲਤੂ ਦੇ ਖਾ ਲੋ ਕੇਲੇ ਖਾ ਲੋ ਆ ਕੋ ਉਹ ਕੋਈ ਬੜੀ ਭੈੜੀ ਵਾਲੀ ਗੱਲ ਨਹੀਂ ਹੁੰਦੀ ਦੂਜਾ ਸਾਰਾ ਸਮਾਨ ਵਾਧੂ ਮੈਂ ਕੱਲ ਸਾਡੀ ਟਰਾਲੀ ਮੈਂ ਵੀ ਪਰਸੋ ਕਢਾ ਕੇ ਆਇਆ ਕਿ ਟਰਾਲੀ ਭੇਜਣੀ ਹੈ ਜੋ ਮੈਂ ਦੇਖਿਆ ਤਾਂ ਡੇਢ ਕੁੰਟਲ ਖੰਡ ਟਰਾਲੀ ਚ ਪਈ ਹੈ ਜਿਹੜੀ ਇੱਥੋਂ ਇਕੱਠੀ ਕਰਕੇ ਲੱਗੇ ਜੀ ਲੋਕ ਹੀ ਖਵਾਈ ਪਈ ਜਾਂਦੇ ਨੇ ਸਾਡੀਆਂ ਸਸਤਾਵਾਂ ਲੰਗਰ ਚਲਾ ਰੀਆਂ ਲੰਮਾ ਤਾਂ ਲੋ ਹੋ ਗਿਆ ਥੋੜਾ ਔਖਾ ਤਾਂ ਹੁੰਦਾ ਮੈਂ ਧੰਨ ਹੈ ਉਹਨਾਂ ਦੇ ਜਿਹੜੇ ਜਿੰਨੀਆਂ ਸਸਤਾਵਾਂ ਧਰਮਕਸਤਾਵਾਂ ਖਾ ਕਿਉਂ ਪਹਿਲਾਂ ਅਸੀਂ ਮੇਲੇ ਤੇ ਜਾਂਦੇ ਹਫਤਾ ਚੱਲਦਾ ਹਫਤੇ ਮੇਲਾ ਨਿਬੜ ਗਿਆ ਹੁਣ ਇਹ ਤਾਂ ਵੱਡਾ ਹੋ ਗਿਆ 3 ਮਹੀਨੇ ਹੋ ਗਏ ਨਾ ਪਰ ਉਹ ਸੰਸਤਾਵਾਂ ਫੇਰ ਵਧੀਆ ਕਰ ਰਹੀਆਂ ਨਹੀਂ ਏਸੀ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਜਿਨ੍ਹਾਂ ਨੇ ਸਾਫ਼ ਤੌਰ ਤੇ ਆਖਿਆ ਕਿ ਕਿਸਾਨ ਅੰਦੋਲਨ ਪਹਿਲਾਂ ਦੀ ਤਰ੍ਹਾਂ ਹੀ ਭਖਿਆ ਹੋਇਆ ਹੈ ਤੇ ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਨੂੰ ਹੋਰ ਕਿਸਾਨਾਂ ਨੂੰ ਇਸ ਸੰਘਰਸ਼ ਦੇ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਜੋ ਖੇਤੀ ਕਾਨੂੰਨਾਂ ਨੂੰ ਵਾਪਸੀ ਲਈ ਜੋ ਅੰਦੋਲਨ ਸ਼ੁਰੂ ਕਰਿਆ ਇਸ ਨੂੰ ਅੰਜਾਮ ਤੱਕ ਪਹੁੰਚਾਇਆ ਜਾ ਸਕੇ ਸਤਿਕਾਰ ਲਈ ਸੁਖਜੀਤ ਮਾਨ देश विदेश की तमाम खबरों से जुड़े रहने के लिए सब्सक्राइब करें सच कहो और बेल आइकन प्रेस करके पाएं हर लेटेस्ट अपडेट सबसे पहले